ਦਾਦਾ ਜੀ ਅਸੀਂ ਮਰੀਜ਼ਾਂ ਵਾਲੇ ਜਾ ਰਹੇ ਹਾਂ ਅਤੇ ਅਸੀਂ ਦੇਖਦੇ ਹਾਂ ਕਿ ਮਿਹਨਤ ਕਸ਼ ਜਿਹੜੇ ਨਾ ਉਹ ਧੁੱਪ ਦੇ ਵਿੱਚ ਮਿਹਨਤ ਕਰਨ 'ਤੇ ਕਿਉਂ ਮਜਬੂਰ ਨੇ ਕਿ ਅਗਰ ਮਿਹਨਤ ਨਹੀਂ ਕਰਨਗੇ ਤਾਂ ਰੋਟੀ ਕਿੱਥੋਂ ਖਾਣਗੇ? ਹਾਂਜੀ ਠੀਕ ਹੈ ਨਾ, ਫੈਮਲੀ ਵੀ ਆ ਅਤੇ ਅੱਜ ਅਸੀਂ ਕਦੇ ਵਾਸਤੇ ਆਏ ਹਾਂ? ਹੱਕਦਾਰਾਂ ਦਾ, ਹੱਕਦਾਰਾਂ ਦਾ ਹੱਕ ਦੇਣ ਵਾਸਤੇ ਆਏ ਹਾਂ ਅਤੇ ਆਓ ਨਾਲ ਗੱਲਬਾਤ ਕਰਦੇ ਹਾਂ, ਤੁਸੀਂ ਇਸ ਸਾਈਡ 'ਤੇ ਆ ਜਾਓ। ਅਸਲਾਮ ਵਾਲੇਕਮ ਜੀ, ਕੀ ਨਾਂ ਜੀ ਆਪਣਾ? ਅਲੀ ਸ਼ੇਰ ਜੀ। ਅਲੀ ਸ਼ੇਰ, ਇਹ ਆਪਣੇ ਕੀ ਲੱਗਦੇ ਨੇ? ਕਰਦੇ ਨੇ ਬਾਲ ਨੂੰ। ਇਹ ਤੁਹਾਡੀ ਬੀਵੀ ਆ? ਅੱਛਾ, ਗਰੀਬ ਬਾਲ। ਤੇ ਇਹ ਬੱਚਾ? ਬੱਚੇ ਪੋਤੇ। ਅੱਛਾ ਪੋਤੇ, ਇਹਨੂੰ ਥੋੜ੍ਹਾ ਅੱਗੇ ਕਰੋ ਤੇਰਾ। ਇਹ ਬੱਚੀ ਹੈ। ਦੇਖੋ ਇਤਨੀ ਗਰਮੀ ਦੇ ਵਿੱਚ, ਇਤਨੀ ਸ਼ਦੀਦ ਗਰਮੀ 'ਚ ਕਿੱਥੋਂ ਆ ਰਹੇ ਹੋ? ਇਹ ਜਦੋਂ ਕਣਕ ਵੱਢ ਲੈਂਦੇ ਆ ਨਾ ਤੇ ਉਹਦੇ ਜਿਹੜੇ ਜਿਹੜੀ ਬਾਕੀ ਚੀਜ਼ ਬਾਕੀ ਹੁੰਦੀ ਹੈ ਖੇਤਾਂ ਵਿੱਚ ਉਹਨੂੰ ਪੇੜ ਕਹਿੰਦੇ ਆ। ਕੌਣ ਦਿੰਦਾ? ਹਾਂਜੀ, ਮੇਲ ਛੇਲ ਤੇ ਕੁਝ। ਅੱਛਾ 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 ਜੀ। ਤੇ ਇਹ 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 ਕੀ, ਇਹਨੂੰ ਕੀ ਕਹਿੰਦੇ ਆ? ਛੱਜ। ਇਹਨੂੰ ਛੱਜ ਕਹਿੰਦੇ ਆ। ਇਹ ਛੱਜ ਵਾ ਤੇ ਇਹ ਪਰੂਣ ਆ ਜੀ। ਇਹਨੂੰ ਕਹਿੰਦੇ ਆ ਪਰੂਣ? ਪਰੂਣ ਇਹ ਕੀ ਕਰਦਾ ਵਾ? ਉਹ ਮਿੱਟੀ ਛਿੱਟੀ ਵਿਛਾਣ। ਮਿੱਟੀ ਛਿੱਟੀ। ਦੇਖੋ ਤੇ ਜਿਹੜਾ ਇੱਕ ਦਫਾ ਅਸੀਂ ਜਲਾਲ ਸੰਸ ਤੇ ਚੱਲ ਜਾਈਏ, ਇੱਕ ਦਫਾ ਅਸੀਂ ਕਿਸੇ ਇੰਪੋਰੀਅਮ ਚੱਲ ਜਾਈਏ, ਇੱਕ ਦਫਾ ਅਸੀਂ ਕਿਸੇ ਮੈਟਰੋ ਚੱਲ ਜਾਈਏ, ਇੱਕ ਦਫਾ ਕਿਸੇ ਡਿਪਾਰਟਮੈਂਟਲ ਸਟੋਰ 'ਤੇ ਚੱਲ ਜਾਈਏ ਤੇ ਉੱਥੇ ਕੀ ਹੁੰਦਾ ਵਾ ਕਿ ਜਿਹੜਾ ਬਿੱਲ ਬਣਦਾ ਵਾ ਉਹ ਕਮ ਅਜ਼ ਕਮ 40-45 ਹਜ਼ਾਰ ਦਾ ਬਿੱਲ ਬਣਾ ਕੇ ਅਤੇ ਖਾਣ ਵਾਲੀਆਂ ਚੀਜ਼ਾਂ ਲੈ ਕੇ ਆਉਂਦੇ ਹਾਂ। ਔਰ ਇਹ ਲੋਕ ਆਪਣੇ ਬੱਚਿਆਂ ਦੀ ਖਾਤਰ, ਇਹਨਾਂ ਮਾਸੂਮਾਂ ਦੀ ਖਾਤਰ, ਇਹਨਾਂ ਮਾਸੂਮਾਂ ਦੀ ਖਾਤਰ ਧੁੱਪ ਸੇਕਦੇ ਪਏ ਨੇ ਅਤੇ ਆਪ ਵੀ ਧੁੱਪ ਸੇਕਦੇ ਪਏ ਅਤੇ ਕਿਸ ਕਦਰ ਦੁੱਖ ਵਿੱਚ ਤਕਲੀਫ 'ਚ ਗੁਜ਼ਰਦੇ ਪਏ ਨੇ। ਅਤੇ ਇਹ ਖੋਤਾ ਜਿਹੜੀ ਕਿੰਨੇ ਦਾ ਬਣ ਜਾਂਦਾ? ਅੱਛਾ ਅੱਛਾ, ਤੇ ਘਰ ਦਾ ਸਿਸਟਮ ਕਿਵੇਂ ਚੱਲਦਾ ਤੁਹਾਡਾ? ਬਸ ਇਸੇ ਮੰਗ ਹੀ ਪਏ ਨੇ ਨਾਲ। ਹਾਏ ਹਾਏ, ਆਪ ਨੂੰ ਹਰਨੀਆਂ ਨੇ ਆ? ਓਏ ਹਾਏ ਹਾਏ, ਆਹ ਦੇਖੋ ਜੀ, ਪਰੇਸ਼ਨ ਵੀ ਆ। ਇਹ ਤੇਰਾ ਪੇਟ ਖੋਲ, ਤਾਂ ਚ ਕੋਲ ਕੱਪੜਾ ਤੇਰਾ। ਓਏ ਹੋਏ ਹੋਏ, ਬੰਦਾ ਬਿਮਾਰ ਆ, ਕਿੱਦਾਂ ਇਲਾਜ ਕਰਾਵੇ? ਕਿੱਥੋਂ? ਛੱਡ 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 ਛੱਡ, ਦੇਖੋ ਨਾ ਕਿੱਦਾਂ ਇਲਾਜ ਕਰਾਵੇ, ਸਮਝਣਾ ਕਿੱਥੋਂ ਕਿੱਥੋਂ ਕੌਣ? ਮੁਆਸ਼ਰੇ ਦਾ ਕੀ ਫਰਜ਼ ਬਣਦਾ? ਮੁਆਸ਼ਰੇ ਦਾ ਫਰਜ਼ ਬਣਦਾ ਵਾ ਕਦੀ ਕਦੀ ਡਾਕਟਰ ਲੈ ਕੇ, ਟੀਮਾਂ ਲੈ ਕੇ ਇਹਦੇ ਕੋਲ ਜਾਓ। ਜੇ ਲੋਕ ਹਸਪਤਾਲ ਨਹੀਂ ਜਾ ਸਕਦੇ ਉਹਨਾਂ ਵਾਸਤੇ ਕੋਈ ਆਸਾਨੀਆਂ ਪੈਦਾ ਹੋਣ, ਲੇਕਿਨ ਕੋਈ ਨਹੀਂ। ਤੇ ਇਸ ਮੌਕੇ 'ਤੇ ਤਾਰਾ ਜੀ ਅਸੀਂ ਕਿੱਧਰ ਆਏ ਹਾਂ? ਹੱਕਦਾਰਾਂ ਨੂੰ ਹੱਕ ਦੇਣ, ਹੱਕਦਾਰਾਂ ਦਾ ਹੱਕ ਦੇਣ ਵਾਸਤੇ ਆਏ ਹਾਂ। ਤੇ ਲਿਆਓ ਜੀ ਆਪਣਾ ਫਰਿਆਦ ਸਾਹਿਬ, ਇਹਦੇ ਤਾਰਾ ਵੱਲ ਲਿਆਓ। ਇਹ ਤੁਹਾਡੇ ਵਾਸਤੇ ਅੱਲਾ ਪਾਕ ਵੱਲੋਂ ਗਿਫਟ ਆ, ਕੋਈ ਖਰਾਤ ਨਹੀਂ। ਅੱਲਾ ਤੈਨੂੰ ਹਿਸਟਰੀ ਦਿਆ। ਇਹ ਮੇਰੇ ਬੱਚਿਆਂ ਵਾਸਤੇ ਕੱਪੜੇ ਲੈ ਲਾ ਪੁੱਤ, ਲੈ ਲਾ। ਤੇ ਉਹ ਲੋਕ ਜਿਹੜੇ ਭੇਜਦੇ ਪਏ ਨੇ ਉਹਨਾਂ ਤੁਹਾਨੂੰ ਨਹੀਂ ਵੇਖਿਆ? ਅਸੀਂ ਵੀ ਤੁਹਾਨੂੰ ਨਹੀਂ ਜਾਣਦੇ, ਸਾਨੂੰ ਕੋਈ ਦੇਖਿਆ ਅੱਗੇ? ਲੇਕਿਨ ਰੱਬ ਦੀ ਮਰਜ਼ੀ ਆ, ਇਹ ਰੱਬ ਦੀ ਮਰਜ਼ੀ ਆ ਕਿ ਇਸ ਧੁੱਪ ਦੇ ਵਿੱਚ ਅਸੀਂ ਇਹ ਧੁੱਪ ਦੇ ਚੇਸ ਕਰਕੇ ਆਏ ਹਾਂ ਕਿ ਪਤਾ ਲੱਗੇ ਧੁੱਪ 'ਚ ਕਿਤਨੀ ਗਰਮੀ ਹੈ, ਕਿਤਨੀ ਸ਼ਿੱਦਤ ਆ, ਕਿੱਦਾਂ ਲੋਕ ਜ਼ਿੰਦਗੀ ਗੁਜ਼ਾਰਦੇ ਪਏ ਨੇ। ਔਰ ਜਦੋਂ ਲੋਕ ਵੇਖਣਗੇ ਉਹ ਵੀ ਵੇਖਣਗੇ ਕਿ ਜ਼ਿੰਦਗੀ ਕਿੱਦਾਂ ਗੁਜ਼ਰਦੀ ਆ, ਔਰ ਉਹ ਰੱਬ ਦਾ ਸ਼ੁਕਰ ਅਦਾ ਕਰਨਗੇ। ਇਹ ਤਾਂ ਨਹੀਂ, ਇਹ ਵੇਖ ਲਾ। ਕਿਹੜੀ ਕਣਕ ਚੁੱਕ ਲਿਆ ਆ? ਇਹ ਕਣਕ ਜਿਹੜੀ ਤੇ ਇਹ ਬੱਚਿਆਂ ਨੂੰ ਖਵਾਉਣੀ ਹੈ ਤੇ ਰੱਬ ਨੇ ਤੁਹਾਡੇ ਵਾਸਤੇ ਰਿਜ਼ਕ ਭੇਜਤਾ ਨਾ, ਰੱਬ ਨੇ ਤੁਹਾਡੇ ਵਾਸਤੇ ਰਿਜ਼ਕ ਭੇਜਤਾ ਤੇ ਉਹਨਾਂ ਵਾਸਤੇ ਦੁਆ ਕਰਨੀ ਆ ਜਿਹਨਾਂ ਲੋਕਾਂ ਤੁਹਾਡੇ ਵਾਸਤੇ ਭੇਜਿਆ। ਲਾਜਪਾਲ ਹਾਂ, ਇਹ ਦੁਆ ਜਿਹੜੀ ਆ ਉਹਨਾਂ ਵਾਸਤੇ ਦੁਆ ਕਰਨੀ ਆ। ਹਾਂਜੀ, ਇੱਕ ਛਤਰੀ ਵੀ ਦਿਓ ਜੀ, ਲਿਆ ਕੇ ਛਤਰੀ ਦਿਓ ਕੇ ਲਿਆ ਕੇ। ਆਪ ਪਕੜੋ ਮੇਰੀ ਭੈਣ, ਆਪ ਪਕੜੋ ਨਾ, ਆਪ ਪਕੜੋ, ਬੱਚੇ ਧੋਪਣ ਲੱਗੇ। ਇਹ ਤੁਹਾਨੂੰ ਅੱਲਾ ਦਿੱਤਾ, ਇਹ ਤੁਹਾਨੂੰ ਇਹ ਵੀ ਅੱਲਾ ਦਿੱਤੀ ਆ, ਗਿਫਟ ਵੀ ਅੱਲਾ ਭੇਜਿਆ, ਪੈਸੇ ਅੱਲਾ ਤਾਲਾ ਭੇਜੇ, ਸਾਡਾ ਕੋਈ ਆਸਾਨ ਨਹੀਂ, ਸਾਡਾ ਕੋਈ ਆਸਾਨ ਨਹੀਂ। ਬਸ ਸਾਡੇ ਵਾਸਤੇ ਦੁਆ ਕਰਿਓ ਕਿ ਅੱਲਾ ਪਾਕ ਸਾਨੂੰ ਹਿੰਮਤ ਦੇ ਰੱਖੇ। ਇਹਨੂੰ ਇਹ ਹੁਣ ਜਾਓਗੇ ਨਾ ਇੱਥੋਂ ਕੱਢ ਕੇ,